ਅੱਜ ਨੰਨੀ ਪਰੀ ਬਹੁਤ ਖੁਸ਼ ਸੀ। ਨੰਨੀ ਪਰੀ ਖੁਸ਼ੀ ਖੁਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ, ਰੱਬ ਜੀ ਰੱਬ ਜੀ ਰੱਬ ਜੀ ਰੱਬ ਜੀ ਅੱਜ ਤੁਹਾਨੂੰ ਯਾਦ ਆ? ਹਾਂ ਪੁੱਤਰ, ਕਿੱਦਾਂ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ। ਇਸ ਬਾਰੇ ਹੀ ਗੱਲ ਕਰ ਰਹੀ ਹੈ ਨਾ ਪੁੱਤਰ? ਚੱਲ ਠੀਕ ਹੈ ਪੁੱਤਰ, ਮੈਂ ਤੈਨੂੰ ਹੁਣ ਧਰਤੀ ਤੇ ਭੇਜ ਰਿਹਾ ਹਾਂ, ਪਰ ਤੈਨੂੰ ਧਰਤੀ ਤੇ ਜਨਮ ਲੈਣ ਤੋਂ ਪਹਿਲਾਂ 9 ਮਹੀਨੇ ਆਪਣੀ ਮਾਂ ਦੇ ਪੇਟ ਵਿੱਚ ਰਹਿਣਾ ਪਵੇਗਾ ਤੇ 9 ਮਹੀਨੇ ਬਾਅਦ ਹੀ ਤੂੰ ਬਾਹਰੀ ਦੁਨੀਆਂ ਵਿੱਚ ਆਵੇਂਗੀ। ਕੋਈ ਗੱਲ ਨਹੀਂ ਰੱਬ ਜੀ, ਬਸ ਤੇ ਮੰਮੀ ਡੈਡੀ ਕੋ ਭੇਜੋ। ਰੱਬ ਨੇ ਨੰਨੀ ਪਰੀ ਨੂੰ ਉਸਦੀ ਮਾਂ ਦੀ ਕੁੱਖ ਵਿੱਚ ਭੇਜ ਦਿੱਤਾ। ਨੰਨੀ ਪਰੀ ਹੁਣ ਬਹੁਤ ਖੁਸ਼ ਸੀ। ਨੰਨੀ ਪਰੀ ਨੇ 9 ਮਹੀਨੇ ਬਾਅਦ ਹੁਣ ਧਰਤੀ ਤੇ ਜਨਮ ਲੈਣਾ ਸੀ, ਪਰ 4 ਮਹੀਨੇ ਬਾਅਦ ਹੀ ਨੰਨੀ ਪਰੀ ਰੱਬ ਕੋਲ ਰੋਂਦੀ ਰੋਂਦੀ ਵਾਪਸ ਆ ਗਈ। ਰੱਬ ਜੀ ਨੰਨੀ ਪਰੀ ਨੂੰ ਇੰਜ ਰੋਂਦੇ ਹੋਏ ਦੇਖ ਕੇ ਬੜੇ ਹੈਰਾਨ ਹੋਏ ਤੇ ਉਹਨਾਂ ਨੇ ਨੰਨੀ ਪਰੀ ਨੂੰ ਪੁੱਛਿਆ, ਕੀ ਹੋਇਆ ਪੁੱਤਰਾ, ਤੂੰ ਤਾਂ 80 ਸਾਲ ਬਾਅਦ ਧਰਤੀ ਤੋਂ ਵਾਪਸ ਆਉਣਾ ਸੀ, ਤੂੰ 4 ਮਹੀਨੇ ਬਾਅਦ ਹੀ ਵਾਪਸ ਆ ਗਈ ਹੈ। ਪਤਾ ਨਹੀਂ ਰੱਬ ਜੀ, ਮੈਂ ਤਾਂ ਸੁੱਤੀ ਪਈ ਸੀ, ਇੱਕਦਮ ਚਾਕੂ ਵੱਜੇ, ਮੈਨੂੰ ਬਾਹਰ ਸੁੱਟ ਦਿੱਤਾ। ਮੈਨੂੰ ਨੀ ਪਤਾ ਰੱਬ ਜੀ ਮੈਂ ਕਿੱਦਾਂ ਸਭ ਕਰਾਂਗੀ। ਰੱਬ ਜੀ ਨੇ ਨੰਨੀ ਪਰੀ ਦੀ ਉਦਾਸੀ ਦੇਖ ਕੇ ਇੱਕ ਫੈਸਲਾ ਲਿਆ ਤੇ ਕਿਹਾ, ਪੁੱਤਰਾ ਮੈਂ ਧਰਤੀ ਤੇ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਦਾ। ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉੱਥੇ ਮੰਮੀ ਡੈਡੀ ਕੋਲ ਭੇਜੋ। ਮੈਂ ਵਾਅਦਾ ਕੀਤਾ ਸੀ ਮੈਂ ਉਹਨਾਂ ਨੂੰ ਘੁਮਾ ਦਾਂਗੀ। ਉਹਨਾਂ ਨਾਲ ਉਹ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਂਗਾ ਤੈਨੂੰ। ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉੱਥੇ ਮੰਮੀ ਡੈਡੀ ਕੋਲ ਭੇਜੋ। ਰੱਬ ਜੀ ਮਾਸੂਮ ਨੰਨੀ ਪਰੀ ਦੀਆਂ ਮਿੰਤਾਂ ਤਰਲੇ ਦੇਖ ਕੇ ਖਾਮੋਸ਼ ਸਨ ਤੇ ਸੋਚ ਰਹੇ ਸਨ ਕਿ ਉਹ ਨੰਨੀ ਪਰੀ ਨੂੰ ਉਸਦੇ ਹੀ ਕਾਤਲਾਂ ਕੋਲ ਦੁਬਾਰਾ ਕਿੰਜ ਭੇਜ ਸਕਦੇ ਸਨ। ਦੋਸਤੋ, ਰੱਬ ਦੀ ਬਣਾਈ ਇਸ ਕੁਦਰਤ ਨਾਲ ਖਿਲਵਾੜ ਨਾ ਕਰੀਏ, ਕਿਉਂਕਿ ਧੀ ਹੀ ਜਗ ਦੀ ਸਿਰਜਣਹਾਰੀ ਹੈ। ਆਓ ਰਣ ਕਰੀਏ ਕਿ ਧੀਆਂ ਨੂੰ ਅੱਖਾਂ ਵਿੱਚ ਹੀ ਨਾ ਮਾਰੀਏ। ਜੇ ਧੀਆਂ ਨੂੰ ਮਾਰ ਮੁਕਾਉਣਾ ਫਿਰ ਪੁੱਤਰਾਂ ਨੂੰ ਕਿੱਥੇ ਵਿਆਉਣਾ? ਗੱਲ ਸੋਚਣ ਵਾਲੀ ਲੋਕੋ, ਨਾ ਰੱਬ ਦੇ ਕਾਰਜ ਰੋਕੋ, ਉਸ ਰੱਬ ਦਾ ਸ਼ੁਕਰ ਮਨਾਓ, ਧੀਆਂ ਦੇ ਪੁੰਨ ਕਮਾਓ, ਧੀਆਂ ਨਾ ਮਾਰ ਮੁਕਾਓ, ਧੀਆਂ ਨਾ ਮਾਰ ਮੁਕਾਓ।